ਗਰਮੀ ਨੇ ਤਾਂ ਇਸ ਸਾਲ ਵੱਟ ਹੀ ਕੱਢ ਦਿੱਤੇ ਨੇ। ਪਿਛਲੇ ਸਾਰੇ ਰਿਕਾਰਡ ਤੋੜ ਇਸ ਵਾਰ ਗਰਮੀ ਪੈ ਰਹੀ ਹੈ। 53 ਡਿਗਰੀ ਤੋਂ ਤਾਪਮਾਨ ਜਿਹੜਾ ਪਾਰ ਹੋ ਗਿਆ ਏ, ਪਾਰਾ 53 ਡਿਗਰੀ ਤੋਂ, ਲੋਕਾਂ ਦਾ ਬੁਰਾ ਹਾਲ ਹੈ। ਇਹ ਜਿਹੜੇ ਆਮ ਲੋਕ ਨੇ ਘਰਾਂ ਦੇ ਵਿੱਚ ਬੈਠੇ ਨੇ, ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ, ਅਤੇ ਸਰਕਾਰਾਂ ਵੱਲੋਂ ਵੀ ਇਹੀ ਕਿਹਾ ਗਿਆ ਏ ਕਿ ਮੌਸਮ ਵਿਭਾਗ ਨੇ ਵੀ ਇਹੀ ਜਾਣਕਾਰੀ ਦਿੱਤੀ ਹੈ ਕਿ ਘਰਾਂ ਦੇ ਵਿੱਚ ਹੀ ਰਹੋ, ਬਹੁਤ ਜ਼ਰੂਰੀ ਕੰਮ ਹੋਣ 'ਤੇ ਹੀ ਦੁਪਹਿਰ ਵੇਲੇ ਬਾਹਰ ਨਿਕਲੋ। ਪਰ ਇਹ ਪੈਟਰੋਲਿੰਗ ਕਰ ਰਹੇ ਦੇਸ਼ ਦੇ ਜਵਾਨ, ਜਿਨ੍ਹਾਂ 'ਤੇ ਸਾਨੂੰ ਮਾਣ ਹੈ। ਦੇਖੋ 53 ਡਿਗਰੀ ਪਾਰਾ ਏ, ਤਪਦੀ ਗਰਮੀ ਦੇ ਵਿੱਚ ਇਹ ਜਿਹੜੇ ਦੇਸ਼ ਦੇ ਜਵਾਨ ਨੇ, ਸੈਨਿਕ ਨੇ, ਇਹ ਦੇਖੋ ਕਿਵੇਂ ਦੇਸ਼ ਦੀ ਰੱਖਿਆ ਕਰ ਰਹੇ ਨੇ। ਇਹਨਾਂ ਦੇ ਵਿੱਚ ਕੁੜੀਆਂ ਵੀ ਤੈਨਾਤ ਨੇ, ਤਾਂ ਦੇਖ ਸਕਦੇ ਹੋ ਪੂਰੀ ਬਾਹਾਂ ਦੇ ਕੱਪੜੇ ਪਾ ਕੇ ਇੰਨੀ ਗਰਮੀ ਦੇ ਵਿੱਚ ਤਪਦੀ ਰੇਤ ਅੰਦਰ ਤੁਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ। ਤਾਂ ਬਾਰਡਰ ਦਾ ਤਾਪਮਾਨ ਤੁਹਾਨੂੰ ਦੱਸ ਰਹੇ ਹਾਂ, ਰਾਜਸਥਾਨ ਦੇ ਜੈਸਲਮੇਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਜਿੱਥੇ 53 ਡਿਗਰੀ ਤੋਂ ਪਾਰਾ ਜਿਹੜਾ ਏ ਉਹ ਪਾਰ ਹੋ ਚੁੱਕਿਆ ਏ। ਦੇਸ਼ ਦੀ ਰੱਖਿਆ ਦੇ ਵਿੱਚ BSF ਦੇ ਜਿਹੜੇ ਜਵਾਨ ਨੇ ਇਹ ਡਟੇ ਹੋਏ ਨੇ, ਤਪਦੀ ਧੁੱਪ ਵੀ ਇਹਨਾਂ ਦਾ ਕੁਝ ਨਹੀਂ ਵਿਗਾੜ ਪਾ ਰਹੀ। ਤਾਂ ਇਹਨਾਂ ਦਾ ਹਿੰਮਤ ਦੇਖੋ, ਜਜ਼ਬਾ ਦੇਖੋ, ਦੇਸ਼ ਦੀ ਸੁਰੱਖਿਆ ਦੇ ਲਈ, ਦੇਸ਼ ਦੇ ਪ੍ਰਤੀ ਇਹਨਾਂ ਦਾ ਪਿਆਰ ਦੇਖੋ ਕਿੰਨਾ ਏ। ਇੰਨੀ ਧੁੱਪ ਨੂੰ ਵੀ ਸਹਿਣ ਕਰ ਰਹੇ ਨੇ ਕਿਸ ਲਈ? ਸਿਰਫ ਸਾਡੇ ਲਈ, ਸਾਡੇ ਲਈ। ਇਹ ਬਾਰਡਰਾਂ 'ਤੇ ਖੜ੍ਹੇ ਨੇ, ਬੰਦੂਕਾਂ ਤਾਣ ਕੇ ਖੜ੍ਹੇ ਨੇ ਕਿ ਵੈਰੀ ਆਊਗਾ ਅਤੇ ਮਿੰਟ ਤੋਂ ਪਹਿਲਾਂ ਝਟਕਾ ਦੇਵਾਂਗੇ। ਪਰ ਸਾਡੇ ਦੇਸ਼ ਦੀ ਹੱਦ ਅੰਦਰ ਕੋਈ ਝਿੜੀ ਵੀ ਪਰ ਨਹੀਂ ਮਾਰ ਸਕਦੀ। ਇਹ ਦੇਖੋ BSF ਦੇ ਜਵਾਨਾਂ ਦਾ ਇਹ ਹੌਸਲਾ, ਇਹ ਜਜ਼ਬਾ ਏ। ਤਾਂ ਤੁਹਾਨੂੰ ਦੱਸ ਦਈਏ ਕਿ 53 ਡਿਗਰੀ ਦੇ ਪਾਰੇ ਦੇ ਵਿੱਚ ਵੀ ਇਹ BSF ਦੇ ਜਵਾਨ ਡਿਊਟੀ ਕਰ ਰਹੇ ਨੇ, ਪੈਟਰੋਲਿੰਗ ਕਰ ਰਹੇ ਨੇ। ਦੁਪਹਿਰ ਦੇ ਵਿੱਚ ਇਹ ਡਿਊਟੀ ਕਰ ਰਹੇ ਨੇ ਕਿਉਂਕਿ ਇਸ ਵੇਲੇ ਹੀ ਸਭ ਤੋਂ ਵੱਧ ਖਤਰਾ ਹੁੰਦਾ ਏ ਅੱਤਵਾਦੀਆਂ ਦਾ, ਅਤੇ ਹੋਰ ਜਿਹੜੇ ਗੈਰ ਸਮਾਜਿਕ ਤੱਤ ਹੈਗੇ ਆ ਉਹ ਬਾਰਡਰ ਪਾਰ ਹੁੰਦੇ ਨੇ, ਤਾਂ ਇਸੇ ਸਮੇਂ ਪੈਟਰੋਲਿੰਗ ਕਰ ਰਹੇ ਨੇ ਇਹ ਦੇਸ਼ ਦੇ ਜਵਾਨ। ਤਾਂ ਸਲੂਟ ਹੈ ਦਿਲੋਂ ਇਹਨਾਂ ਨੂੰ, ਇਹਨਾਂ ਦੇ ਜਜ਼ਬੇ ਨੂੰ। ਤਾਂ ਦੱਸ ਦਈਏ ਕਿ ਗਰਮ ਹਵਾ ਚੱਲਦੀ ਪਈ ਹੈ, 53 ਡਿਗਰੀ ਪਾਰਾ ਏ, ਅਤੇ ਆਮ ਲੋਕ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਇਹ ਖਬਰ ਦੇਖ ਰਹੇ ਨੇ, ਉਹਨਾਂ ਦੇ ਲਈ ਵੀ ਇਹ ਸੁਨੇਹਾ ਘੱਲਿਆ ਗਿਆ ਏ ਕਿ ਇੱਕ ਤਾਂ ਗਰਮੀ ਦੇ ਵਿੱਚ ਹਲਕੇ ਕੱਪੜੇ, ਖੁੱਲ੍ਹੇ ਖੁੱਲ੍ਹੇ ਕੱਪੜੇ, ਰੰਗ ਉਹਨਾਂ ਦੇ ਡਾਰਕ ਨਾ ਹੋਣ, ਜਿਵੇਂ ਕਿ ਕਾਲਾ, ਮਰੂਨ, ਇਹ ਰੰਗ ਨਾ ਹੋਵੇ ਕਿਉਂਕਿ ਇਹ ਗਰਮੀ ਅਬਜ਼ਰਵ ਕਰਦੇ ਆ। ਗੋਗਲਸ ਬਾਹਰ ਨਿਕਲਣਾ ਹੈ ਤਾਂ ਚਸ਼ਮੇ ਲਾ ਕੇ ਨਿਕਲੋ, ਛੱਤਰੀ ਲੈ ਕੇ ਨਿਕਲੋ। ਸਭ ਤੋਂ ਵੱਡੀ ਗੱਲ, ਸ਼ਰਾਬ, ਚਾਹ ਅਤੇ ਕੌਫੀ ਤੋਂ ਦੂਰ ਰਹੋ ਕਿਉਂਕਿ ਗਰਮੀ ਦੇ ਵਿੱਚ ਇਹ ਤੁਹਾਨੂੰ ਡੀਹਾਈਡਰੇਟ ਕਰ ਦਿੰਦੀਆਂ ਨੇ, ਜਿਸ ਕਰਕੇ ਤੁਹਾਡੇ ਸਰੀਰ ਦੇ ਵਿੱਚੋਂ ਪਾਣੀ ਦੀ ਮਾਤਰਾ ਘੱਟ ਸਕਦੀ ਹੈ ਅਤੇ ਤੁਹਾਡਾ ਬੁਰਾ ਹਾਲ ਵੀ ਹੋ ਸਕਦਾ ਹੈ। ਪਰ ਇਹਨਾਂ ਸਾਰੇ ਚੀਜ਼ਾਂ ਦੀ ਪਰਵਾਹ ਨਾ ਕਰਦੇ ਹੋਏ ਇਹ BSF ਦੇ ਜਵਾਨ ਸਾਡੀ ਰੱਖਿਆ ਦੇ ਲਈ ਦੇਸ਼ ਦੇ ਬਾਰਡਰਾਂ 'ਤੇ ਤੈਨਾਤ ਨੇ। 53 ਡਿਗਰੀ ਪਾਰਾ, ਸਲੂਟ ਹੈ ਇਹਨਾਂ ਦੇਸ਼ ਦੇ ਜਵਾਨਾਂ ਨੂੰ।